ਇਤਤਵਾਵੇਂ ਗਾਵੇ ਉਸੇ ਹੀ ਚੁਰਾਹੇ ਤੇ ਜੇ ਰੇਸੀ ਚੁਰਾਹੇ ਤੇ ਗਿਆ ਸਾਨੂੰ ਛੱਡ ਮੈਨੂੰ ਕੀ ਪਹਿਲੀ ਵਾਰ ਪਰਫਾਰਮ ਕਰਨ ਲਈ ਮਿਲਿਆ ਸੀ ਤੇ ਇੱਕ ਰਾਤ ਦਾ ਹੀ ਸਾਡੇ ਕੋਲ ਸਮੇਂ ਸੀ ਫਾਈਨਲੇ ਤੋਂ ਪਹਿਲਾਂ ਤੇ ਮੈਂ ਉਹਦੇ ਅੰਦਰ ਹੀ ਉਹਨੂੰ ਤਿਆਰ ਕਰਕੇ ਪਰਫਾਰਮ ਕਰਨਾ ਸੀ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਚੋ ਜਾਨ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਸਿਆਣ ਮੈਂ ਹਰ ਦੱਸ ਦੇ ਐ ਦਮ ਮੈਨੂੰ ਕਿਉਂ ਤੜਪਾਉਂ ਨੇ ਆਊਟ ਆਫ ਦਾ ਫੈਮਲੀ ਮੇਰੇ ਦੋਸਤ ਕਾਫੀ ਘਟਨੇ ਮੇਰੇ ਜਿੰਨੇ ਵੀ ਦੋਸਤ ਹੈ ਮੇਰੇ ਕਰਦੇ ਅੰਦਰ ਹੀ ਹੈ ਲੇਕਿਨ ਹੁਣ ਤੱਕ ਮੈਂ ਜੋ ਵੀ ਗਾੰਦਾਵਾ ਮੈਂ ਆਪਣੀਆਂ ਗਲਤੀਆਂ ਨੂੰ ਸੁਣ-ਸੁਣ ਕੇ ਔਰ ਖੁਦ ਤੋਂ ਸਿੱਖਿਆ ਫਿਊਚਰ ਚ ਮੈਂ ਆਪਣੇ ਆਪ ਨੂੰ ਐਜ਼ ਅ ਪਲੇਬੈਕ ਸਿੰਗਰ ਬਾਲੀਵੁੱਡ ਦੇ ਵਿੱਚ ਦੇਖਣਾ ਚਾਹਾਂਗਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲਟਨ ਮੈਂ ਹਾਂ ਜਗਦੀਪ ਸਿੰਘ ਹਰੇਕ ਬੱਚਾ ਚਾਹੁੰਦਾ ਹੈ ਕਿ ਮੈਂ ਕਿਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਣੇ ਮਾਪੇ ਦਾ ਨਾਮ ਜਿਹੜਾ ਹੈ ਰੌਸ਼ਨ ਕਰਾਂ ਤੇ ਅੱਜ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਾਂ ਜਾਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਜੀ ਅਭੀਜੀਤ ਭੰਡਾਰੀ ਜਿਹੜੇ ਕਿ ਵਾਇਸ ਆਫ ਪੰਜਾਬ ਸੀਜ਼ਨ 11 ਦੇ ਵਿਨਰ ਰਹੇ ਨੇ ਤੇ ਉਹ ਆਪਣੇ ਮਾਪੇ ਦਾ ਨਾਮ ਰੌਸ਼ਨ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਿੱਤਣ ਤੇ ਅਸੀਂ ਵਧਾਈਆਂ ਦਿੰਦੇ ਆ ਤੇ ਇੱਕ ਕੋਈ ਗਾਣਾ ਜਿਹੜਾ ਆ ਸਾਡੇ ਦਰਸ਼ਕਾਂ ਦੇ ਨਾਲ ਜਰੂਰ ਸਾਂਝਾ ਕਰੋ ਬਹੁਤ ਬਹੁਤ ਸ਼ੁਕਰੀਆ ਵਾਜੀ ਜੀ ਤੁਹਾਡਾ ਮੈਨੂੰ ਆਪਣੇ ਇਸ ਇੰਟਰਵਿਊ ਦਾ ਹਿੱਸਾ ਬਣਾਉਣ ਵਾਸਤੇ ਤੇ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਇੱਕ ਬਹੁਤ ਸੋਹਣਾ ਗੀਤ ਹੈ ਜਿਹੜਾ ਮੈਂ ਸੀਜ਼ਨ 10 ਦੇ ਵਿੱਚ ਵੀ ਗਾਇਆ ਸੀ ਤੇ ਮੈਨੂੰ ਕਾਫੀ ਉਹਦੇ ਤੇ ਪ੍ਰਸ਼ੰਸਾ ਮਿਲੀ ਸੀ ਗੀਤ ਦਾ ਨਾਮ ਹੈ ਕਦੇ ਤਾਂ ਤੂੰ ਆਵੇਂਗਾ ਤੇ ਉਹਦੇ ਬੋਲ ਕੁਛ ਇਸ ਤਰ੍ਹਾਂ ਹਨ ਕਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੁਰਾਹੇ ਤੇ ਜੜੇ ਸੀ ਚੁਰਾਹੇ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੇ ਕੁਮਾ ਕੇ ਪਿੱਛੇ ਤੱਕਿਆ ਨਾ ਖੜੇ ਰਹਿ ਲਾ ਕੇ ਆਸ ਅੱਖੀਆਂ ਨੂੰ ਅਡਕ ਕੇ ਅੱਖੋਂ ਲਿ ਹੋਇਆ ਸੀ ਜਵ ਹੀ ਵਾਲੇ ਮੋੜ ਤੋਂ ਜਿੰਦ ਜਾਨ ਸੋਣਿਆ ਤੂੰ ਲੈ ਗਿਆ ਸੀ ਕੰਢ ਕੇ ਕਦੇ ਤਾਂ ਤੂੰ ਆਵੇਂ ਗਾਵੇਂ ਉਸੇ ਹੀ ਚੁਰ ਰਹੇ ਤੇ ਜਿਹੜੇ ਸੀ ਚੁਰਾਹੇ ਤੇ ਗਿਆ ਸਾਨੂੰ ਛੱਡ ਕੇ ਜੀ ਬਹੁਤ ਖੂਬ ਗਾਣੇ ਦੀ ਸ਼ੁਰੂਆਤ ਹੀ ਤੁਸੀਂ ਮਤਲਬ ਪ੍ਰੋਗਰਾਮ ਦੀ ਸੈਟ Song ਤੋਂ ਕੀਤੀ ਕੀ ਹੋਇਆ ਕੋਈ ਸੱਚਮੁੱਚ ਹੀ ਛੱਡ ਗਈ ਹੈ ਨਹੀਂ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈ ਬਸ ਉਦਾਂ ਹੀ ਮੈਨੂੰ ਗਾਣਾ ਅੰਦਰੋਂ ਕਾਫੀ ਪਸੰਦ ਆ ਤੇ ਮੇਰੇ ਪਾਪਾ ਨੂੰ ਵੀ ਇਹ ਗਾਣਾ ਕਾਫੀ ਪਸੰਦ ਆ ਇਸ ਲਈ ਮੈਂ ਇਹਨੂੰ ਚੁਣਿਆ ਤੇ ਸਰ ਵਾਇਸ ਆਫ ਪੰਜਾਬ ਜਿਹੜਾ ਸੀਜ਼ਨ 11 ਇਸ ਦੇ ਬਾਰੇ ਤੁਹਾਨੂੰ ਕਿਸ ਤੋਂ ਪਤਾ ਲੱਗਾ ਜੀ ਵਾਇਸ ਆਫ ਪੰਜਾਬ ਸੀਜ਼ਨ 11 ਬਾਰੇ ਮੈਨੂੰ ਆਪਣੇ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿਉਂਕਿ ਮੈਂ ਸੀਜ਼ਨ 10 ਦਾ ਵੀ ਪਾਰਟਿਸਪੈਂਟ ਰਹਿ ਚੁੱਕਿਆ ਤੇ ਇਸ ਲਈ ਮੈਂ ਪੀਟੀਸੀ ਪੰਜਾਬੀ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਦੇ ਨਾਲ ਕਨੈਕਟਡ ਸੀਗਾ ਜਿੱਥੋਂ ਮੈਨੂੰ ਵਾਇਸ ਆਫ ਪੰਜਾਬ ਸੀਜ਼ਨ 11 ਦੇ ਆਨਲਾਈਨ ਆਡੀਸ਼ਨਸ ਦੀ ਖਬਰ ਮਿਲੀ ਓਕੇ ਤੇ ਸੀਜ਼ਨ ਜਿਹੜਾ 10 ਸੀ ਉਸ ਦੇ ਵਿੱਚ ਤੁਸੀਂ ਕਿਸ ਨੰਬਰ ਤੇ ਰਹੇ ਤੇ ਕੀ ਕਾਰਨ ਸੀਗਾ ਕਿ ਫਰਸਟ ਨਹੀਂ ਆ ਸਕੇ ਜਿੱਦਾਂ Voice of Punjab season 10 ਦੇ ਵਿੱਚ ਮੈਂ 3rd ਰਨਰ ਅਪਰੇ ਹਾਂ ਮਤਲਬ ਟਾਪ 4 ਫਾਈਨਲਿਸਟ ਦੇ ਵਿੱਚੋਂ ਮੈਂ 2 ਚੌਥੇ ਨੰਬਰ ਦੇ ਉੱਤੇ ਸੀਗਾ ਤੇ ਉਹਦਾ ਸਭ ਤੋਂ ਮੇਨ ਕਾਰਨ ਇਹ ਰਿਹਾ ਕਿ ਇੱਕ ਐਸਾ ਗੀਤ ਸੀਗਾ ਫਿਨਾਲੇ ਦੇ ਆਖਰੀ ਰਾਉਂਡ ਦੇ ਵਿੱਚ ਜਿਹੜਾ ਨਾਂ ਮੈਂ ਕਦੀ ਪਹਿਲਾਂ ਸੁਣਿਆ ਨਾ ਮੈਂ ਕਦੀ ਪਹਿਲਾਂ ਕਿਤੇ ਗਾਇਆ ਤੇ ਨਾ ਮੈਨੂੰ ਉਸ ਗੀਤ ਬਾਰੇ ਕੋਈ ਨੌਲੇਜ ਸੀ ਮੈਨੂੰ ਉਹ ਗੀਤ ਪਹਿਲੀ ਵਾਰ ਪਰਫਾਰਮ ਕਰਨ ਲਈ ਮਿਲਿਆ ਸੀ ਤੇ ਇੱਕ ਰਾਤ ਦਾ ਹੀ ਸਾਡੇ ਕੋਲ ਸਮੇਂ ਸੀ ਫਿਨਾਲੇ ਤੋਂ ਪਹਿਲਾਂ ਤੇ ਮੈਂ ਉਹਦੇ ਅੰਦਰ ਹੀ ਉਹਨੂੰ ਤਿਆਰ ਕਰਕੇ ਪਰਫਾਰਮ ਕਰਨਾ ਸੀ ਜਿਹਦੇ ਕਰਕੇ ਥੋੜੀ ਬਹੁਤ ਕਮੀ ਰਹਿ ਗਈ ਤੇ ਉਸ ਗੀਤ ਦੇ ਲਿਰਿਕਸ ਮੈਨੂੰ ਐਨ ਸਟੇਜ ਤੇ ਪਰਫਾਰਮੈਂਸ ਵੇਲੇ ਭੁੱਲ ਗਏ ਜਿਸ ਦੇ ਨਾਲ ਮੈਂ ਵਿਨਰ ਦੀ ਟਰਾਫੀ ਨਹੀਂ ਲੈ ਪਾਇਆ ਪਰ ਚਲੋ ਜੇ ਟੌਪ 4 ਦੇ ਵਿੱਚ ਵੀ ਆਣਾ ਇਹ ਵੀ ਇੱਕ ਤਰ੍ਹਾਂ winner ਹੀ ਹੁੰਦਾ ਹੈ ਤੇ ਸੀਜ਼ਨ 11 ਦੇ ਵਿੱਚ ਤੁਸੀਂ ਜਿੱਦਾਂ ਪਾਰਟਿਸਿਪੇਟ ਕੀਤਾ ਬੰਦਾ 10 ਤੋਂ ਬਾਅਦ ਕਾਫੀ ਜਿਹੜਾ ਡੀਮੋਟੀਵੇਟ ਹੋ ਜਾਂਦਾ ਕਿ ਮੈਂ ਲਾਈਫ ਦੇ ਵਿੱਚ ਹੁਣ ਪਤਾ ਨਹੀਂ ਕਿਦਾਂ ਸাকਸੈਸਫੁਲ ਹੋਊਗਾ ਜਾਂ ਨਹੀਂ ਤੇ ਤੁਸੀਂ ਕਾਫੀ ਲੋਕ ਜਿੱਦਾਂ ਡੀਮੋਟੀਵੇਟ ਵੀ ਹੋ ਜਾਂਦੇ ਨੇ ਮੈਂ ਤਾਂ ਇਹ ਕੁਐਸਚਨ ਪੁੱਛ ਰਿਹਾ ਕਿ ਉਹਨਾਂ ਨੂੰ ਤੁਸੀਂ ਇੱਥੇ ਕੋਈ ਮੈਸੇਜ ਦੇਣਾ ਚਾਹੋ ਦੇਖੋ ਜਿਹੜੇ ਵੀ ਲੋਕ ਡੀਮੋਟੀਵੇਟ ਹੋਣ ਦੇ ਬਾਰੇ ਜਾਂ ਐਦਾਂ ਦੀ ਕੋਈ ਵੀ ਗਲਤ ਸੋਚਦੇ ਨੇ 네ਗੇਟਿਵ ਥਾਟ ਆਪਣੇ ਦਿਮਾਗ ਚ ਲਿਆਉਂਦੇ ਨੇ ਉਹਨਾਂ ਵਾਸਤੇ ਮੇਰਾ ਸਿਰਫ ਇੱਕੋ ਮੈਸੇਜ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਖੁਦ ਦੇ ਦਿਲ ਦੀ ਗੱਲ ਸੁਣਨਾ ਜੇ ਦਿਲ ਦੀ ਗੱਲ ਸਾਨੂੰ ਜੋ ਸਾਡਾ ਦਿਲ ਸਲਾਹ ਦਿੰਦਾ ਨਾ ਸਾਨੂੰ ਹਮੇਸ਼ਾ ਉਹੀ ਮੰਨੀ ਚਾਹੀਦੀ ਹੈ ਤੇ ਦੂਸਰੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸਾਡੀ ਫੈਮਲੀ ਦਾ ਸਪੋਰਟ ਮੈਨੂੰ ਮੇਰੀ ਫੈਮਲੀ ਵੱਲੋਂ ਪੂਰਾ ਸਪੋਰਟ ਰਿਹਾ ਮੇਰੀ ਆਊਟ ਆਫ ਦਾ ਫੈਮਲੀ ਮੇਰੇ ਦੋਸਤ ਕਾਫੀ ਘੱਟ ਨੇ ਮੇਰੇ ਜਿੰਨੇ ਵੀ ਦੋਸਤ ਹੈ ਮੇਰੇ ਕਰਦੇ ਅੰਦਰ ਹੀ ਹੈ ਮੇਰੇ ਮਮਾ ਪਾਪਾ ਮੇਰੇ ਸਿਸਟਰ ਮੇਰੇ ਦਾਦਾ ਦਾਦੀ ਇਹ ਸਾਰੇ ਮੇਰੇ ਦੋਸਤ ਨੇ ਤੇ ਇਹਨਾਂ ਨੇ ਮੈਨੂੰ ਸਭ ਤੋਂ ਜ਼ਿਆਦਾ ਮੋਟੀਵੇਟ ਕੀਤਾ ਹੈ ਤੇ ਫੈਮਿਲੀ ਸਪੋਰਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਨਹੀਂ ਵੀ ਮਿਲ ਪੰਦੀ ਕਿਸੇ ਕਾਰਨਾਂ ਤੋਂ ਲੇਕਿਨ ਆਪਣੇ ਆਪ 'ਚ ਵਿਸ਼ਵਾਸ ਕਦੀ ਨਹੀਂ ਢਾਈਦਾ ਜਦੋਂ ਬੰਦਾ ਆਪਣੇ ਵਿਸ਼ਵਾਸ ਨੂੰ ਕੈਰੀ ਕਰਦਾ ਹੋਇਆ ਇੱਕ ਮੁਕਾਮ ਤੇ ਪਹੁੰਚ ਜਾਂਦਾ ਫਿਰ ਹੌਲੀ ਹੌਲੀ ਫੈਮਿਲੀ ਵੀ ਸਪੋਰਟ ਕਰਨ ਲੱਗ ਜਾਂਦੀ ਹੈ ਜੀ ਬਿਲਕੁਲ ਸੀਜ਼ਨ 11 ਦੇ ਵਿੱਚ ਜਦੋਂ ਬੰਦਾ ਜਿੱਤ ਕੇ ਘਰੇ ਆਇਆ ਤੇ ਉਸ ਟਾਈਮ ਤੁਹਾਡੇ ਵਿੱਚ ਕੋਈ ਚੇਂਜੇਸ ਆਏ ਜੀ ਚੇਂजेस ਕਾਫੀ ਸੀਗੇ ਸੀਜ਼ਨ 11 ਦੇ winner ਵਨਨ ਤੱਕ ਦੇ ਕਾਫੀ ਚੇਂजेस ਸੀ ਮੈਂ ਖੁਦ ਨੂੰ ਪਹਿਲਾਂ ਨਾਲੋਂ ਕਾਫੀ ਇੰਪਰੂਵ ਕਰਦੇ ਹੋਏ ਦੇਖਿਆ ਸੀਜ਼ਨ 10 ਚ ਮੈਂ ਜਿਸ ਤਰ੍ਹਾਂ ਪਰਫਾਰਮ ਕਰਦਾ ਸੀ ਔਰ ਸੀਜ਼ਨ 11 ਚ ਮੈਂ ਜਿਸ ਤਰ੍ਹਾਂ ਦੀਆਂ ਪਰਫਾਰਮੈਂਸਸ ਦਿੱਤੀਆਂ ਉਹਨਾਂ ਦੇ ਵਿੱਚ ਮੈਂ ਆਪਣੇ ਆਪ 'ਚ ਕਾਫੀ ਡਿਫਰੈਂਸ ਫੀਲ ਕੀਤਾ ਬਾਕੀ ਫੇਮ ਦੇ ਵਿੱਚ ਕਾਫੀ ਡਿਫਰੈਂਸਸ ਆਏ ਮੈਨੂੰ ਸੀਜ਼ਨ 10 ਦੇ ਵਿੱਚ ਜਿੰਨੇ ਲੋਕ ਜਾਣਦੇ ਸੀ ਉਸ ਤੋਂ ਕਾਫੀ ਜ਼ਿਆਦਾ ਬ੍ਰਾਡ ਲੋਕ ਮੈਨੂੰ ਸੀਜ਼ਨ 11 ਦੇ ਵਿੱਚ ਜਾਣਨ ਲੱਗੇ ਮੈਨੂੰ ਜਲੰਧਰ ਸ਼ਹਿਰ ਦੇ ਵਿੱਚ ਇੱਕ ਦੋ ਜਗ੍ਹਾ ਤੋਂ ਸ਼ੋਅਜ਼ ਵੀ ਮਿਲੇ ਮੈਂ ਐਮਬੀਡੀ ਮਾਲ ਦੇ ਵਿ ਜਾ ਕੇ ਸ਼ੋਜ਼ ਕੀਤੇ 7 ਡੇਜ਼ ਦਾ ਕਾਰਨੀਵਲ ਤੇ ਹੋਰ ਵੀ ਮੈਨੂੰ ਏਦਾਂ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਨੇ ਜਾਣਨਾ ਸ਼ੁਰੂ ਕੀਤਾ ਇਸ ਚੀਜ਼ ਦਾ ਮੈਨੂੰ ਕਾਫੀ ਅੱਛਾ ਮਹਿਸੂਸ ਹੁੰਦਾ ਅੰਦਰੋਂ ਜੀ ਤੇ ਪਰਿਵਾਰ ਦੇ ਵਿੱਚ ਤੁਸੀਂ ਹੀ ਸਿੰਗਰ ਹੋ ਕਿ ਹੋਰ ਵੀ ਨੇ ਕੋਈ ਪ੍ਰੋਫੈਸ਼ਨਲ ਤੌਰ ਤੇ ਕਹੀਏ ਤੇ ਪਰਿਵਾਰ ਦੇ ਵਿੱਚ ਮੈਂ ਹੀ ਸਿੰਗਰ ਹਾਂ ਲੇਕਿਨ ਉਦਾਂ ਗਾਣ ਦੀ ਆਦਤ ਮੇਰੇ ਪਾਪਾ ਵੀ ਰੱਖਦੇ ਤੇ ਥੋੜਾ ਥੋੜਾ ਗੁੰਗੁਨਾਣ ਦੀ ਆਦਤ ਮੇਰੇ ਸਿਸਟਰ ਵੀ ਰੱਖਦੇ ਨੇ ਤੇ ਉਹਨਾਂ ਤੋਂ ਹੀ ਹੌਲੀ ਹੌਲੀ ਜੈਨੇਟਿਕਲੀ ਮੈਨੂੰ ਇਹ ਚੀਜ਼ ਮਿਲੀ ਤੇ ਉਹਨੂੰ ਮੈਂ ਹੋਰ ਅੱਗੇ ਡਿਵੈਲਪ ਕੀਤਾ ਤੇ ਤੁਹਾਡੀ ਜਦੋਂ ਤੁਸੀਂ ਸਟੇਜ ਤੇ ਪਰਫਾਰਮ ਕਰਕੇ ਇਹ ਹਟੇ 11ਵਾਂ ਸੀਜ਼ਨ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਕੰਪਨੀਆਂ ਦੇ ਨਾਲ ਟਾਈ ਅਪ ਵੀ ਹੋਇਆ ਕੋਈ ਕੋਈ ਗਾਣਾ ਲਾਂਚ ਦੇ ਲਈ ਜੀ ਸੀਜ਼ਨ 11 ਦੇ winner ਨੂੰ PTC ਪੰਜਾਬੀ ਵੱਲੋਂ ਉਹਨਾਂ ਦੀ ਆਉਣ ਵਾਲੀ ਫਿਲਮ ਚ ਗਾਣ ਦਾ ਮੌਕਾ ਦਿੱਤਾ ਜਾਏਗਾ ਇਹ ਉਹਨਾਂ ਨੇ ਔਨ ਇਅਰ ਪ੍ਰੋਮਿਸ ਕੀਤਾ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਜਸ ਰੈਕੋਰਡਸ ਵੱਲੋਂ ਵਿਨਰ ਦਾ ਇੱਕ ਸੋਲੋ ਟਰੈਕ ਰਿਲੀਜ਼ ਕੀਤਾ ਜਾਏਗਾ ਤੇ ਉਹਦੀ ਹਜੇ ਪ੍ਰੈਪਰੇਸ਼ਨ ਚੱਲਦੀ ਪਈ ਹੈ ਬਾਕੀ ਉਸ ਤੋਂ ਇਲਾਵਾ ਪੀਟੀਸੀ ਦੇ ਨੈਟਵਰਕ ਤੋਂ ਇਲਾਵਾ ਹਜੇ ਕਿਸੇ ਹੋਰ ਕੰਪਨੀ ਵੱਲੋਂ ਕੋਈ ਏਦਾਂ ਅਪਰੋਚ ਨਹੀਂ ਆਈ ਓਕੇ ਤੇ ਗਾਣ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਹੀ ਸੀ ਕਿ ਸਕੂਲ ਟਾਈਮ ਜਾਂ ਕਾਲਜ ਲਾਈਫ ਤੋਂ ਹੋਇਆ ਗਾਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ ਬਸ ਉਸ ਚੀਜ਼ ਦੀ ਮੈਨੂੰ ਨੌਲੇਜ ਨਹੀਂ ਸੀ ਜਿੱਦਾਂ ਛੋਟੇ ਬੱਚੇ ਟੀਵੀ ਤੇ ਐਡਸ ਵਗੈਰਾ ਦੇਖਦੇ ਨੇ ਤੇ ਉਹਨਾਂ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਨੇ ਮੈਂ ਵੀ ਸ਼ੁਰੂਆਤ ਇਹੀ ਕਰਦਾ ਹੁੰਦਾ ਸੀ ਅੱਗੇ ਜਦੋਂ ਸਕੂਲ 'ਚ ਪਹੁੰਚੇ ਫਿਰ ਉਦੋਂ ਮੈਂ ਸਾਡੇ ਸਰ ਦੀ ਪ੍ਰਾਰਥਨਾ ਸੁਣੀ ਜੋ ਉਹ ਸਟੇਜ ਤੇ ਗਾਉਂਦੇ ਸੀ ਫਿਰ ਮੈਂ ਉਸ ਪ੍ਰਾਰਥਨਾ ਨੂੰ ਹੌਲੀ ਹੌਲੀ ਸੁਣ ਕੇ ਸਿੱਖਿਆ ਕਾਪੀ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੈਂ ਆਪਣੇ ਸਰ ਨੂੰ ਸੁਣਾਈ ਤੇ ਉਹਨਾਂ ਨੇ ਮੈਨੂੰ ਉਹ ਰਿਅਲਾਈਜ਼ ਕਰਾਇਆ ਕਿ ਇਸ ਚੀਜ਼ ਨੂੰ ਗਾਈ ਕਿ ਕਿਹਾ ਜਾਂਦਾ ਤੇ ਉੱਥੋਂ ਮੈਨੂੰ ਪਤਾ ਲੱਗਾ ਕਿ ਮੈਂ ਗਾ ਸਕਦਾ ਤੇ ਫਿਰ ਮੈਂ ਅੱਗੇ ਆਪਣਾ ਸਫ਼ਰ ਸ਼ੁਰੂ ਕੀਤਾ ਓਕੇ ਸਕੂਲ ਟਾਈਮ ਪਰਫਾਰਮ ਵੀ ਕੀਤਾ ਹੋਵੇਗਾ ਤੇ ਕਾਫੀ ਤਰ੍ਹਾਂ ਦੇ ਅਵਾਰਡ ਵੀ ਜਿੱਤੇ ਹੋਣਗੇ ਉਸ ਸੰਬੰਧੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਜੀ ਸਕੂਲ ਦੇ ਵਿੱਚ ਮੈਂ ਕਾਫੀ ਟਾਈਮ ਆਪਣੀ ਸਟੇਜ ਤੇ ਪਰਫਾਰਮ ਕੀਤਾ ਮੇਰਾ ਆਪਣਾ ਜਿਹੜਾ ਸਟੇਜ ਫੀਅਰ ਹੁੰਦਾ ਇੱਕ ਬੰਦੇ ਨੂੰ ਉਹ ਮੇਰਾ ਸਕੂਲ ਟਾਈਮ ਦੇ ਵਿੱਚ ਹੀ ਰਿਮੂਵ ਕੀਤਾ ਗਿਆ ਸੀ ਮੇਰੇ ਪੇਰੈਂਟਸ ਵੱਲੋਂ ਤੇ ਮੇਰੇ ਟੀਚਰਸ ਵੱਲੋਂ ਕਿਉਂਕਿ ਮੇਰੇ ਪਾਪਾ ਉਸੇ ਸਕੂਲ ਦੇ ਵਿੱਚ ਟੀਚਰ ਹੈ ਜਿਸ ਸਕੂਲ ਦੇ ਵਿੱਚ ਮੈਂ ਪੜਦਾ ਹੁੰਦਾ ਸੀ ਸਾਇੰਦਾ ਸੇ ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਂਕ ਜਲੰਧਰ ਚ ਤੇ ਉੱਥੇ ਮੇਰੇ ਪਾਪਾ ਟੀਚਰ ਐ ਮੇਰੇ ਦਾਦਾ ਜੀ ਵੀ ਉੱਥੇ ਟੀਚਰ ਰਹੇ ਐ ਤੇ ਇਸ ਲਈ ਮੈਂ ਜਦੋਂ ਵੀ ਸਟੇਜ ਤੇ ਪਰਫਾਰਮ ਕਰਦਾ ਸੀ ਮੇਰੇ ਪਾਪਾ ਮੇਰੇ ਸਾਹਮਣੇ ਰਹਿੰਦੇ ਸੀ ਹਮੇਸ਼ਾ ਸਟੇਜ ਤੇ ਤੇ ਉਹਨਾਂ ਨੇ ਮੇਰਾ ਸਾਰਾ ਸਟੇਜ ਦਾ ਡਰ ਖਤਮ ਕੀਤਾ ਆਡੀਅנס ਨੂੰ ਫੇਸ ਕਰਨ ਦਾ ਡਰ ਖਤਮ ਕੀਤਾ ਤੇ ਜਿਹਦੇ ਨਾਲ ਮੈਨੂੰ ਕਾਫੀ ਐਕਸਪੀਰੀਅੰਸ ਹੋਇਆ ਔਰ ਮੈਂ ਇੱਥੇ ਤੱਕ ਪਹੁੰਚ ਪਾਇਆ ਜੀ ਸਕੂਲ ਤੋਂ ਬਾਅਦ ਕਾਲੇ ਟਾਈਮ ਵੀ ਪਰਫਾਰਮ ਕਰਦੇ ਰਹੇ ਤੁਸੀਂ ਜੀ ਕਾਲਜ ਦੇ ਵਿੱਚ ਵੀ ਜਦੋਂ ਮੈਂ ਕਾਲਜ ਐਂਟਰੀ ਲਈਤੀ ਸੀ ਉਦੋਂ ਸਭ ਤੋਂ ਪਹਿਲਾਂ ਕਾਲਜ ਟੈਲੈਂਟ ਹੰਟ ਹੋਇਆ ਸੀ ਮੈਂ ਉਹਦੇ ਅੰਦਰ ਪਾਰਟਿਸਿਪੇਟ ਕੀਤਾ ਜਿਹਦੇ ਕਰਕੇ ਮੈਨੂੰ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਜਿੱਥੋਂ ਮੈਂ ਬਹੁਤ ਕੁਝ ਸਿੱਖਿਆ ਮੈਂ ਮਾਈਕ ਦੀ ਸੈਂਸ ਸਿੱਖੀ ਮੈਂ ਮਾਈਕ ਤੋਂ ਆਪਣੀਆਂ ਗਲਤੀਆਂ ਬਚਾਉਣ ਦੀ ਸੈਂਸ ਸਿੱਖੀ ਮੈਂ ਸਾਰੀ ਆਡੀਅנס ਨੂੰ ਫੇਸ ਕਰਨਾ ਸਿੱਖਿਆ ਵੱਡੀ ਆਡੀਅנס ਨੂੰ ਕਾਲਜ ਲੈਵਲ ਦੀ ਆਡੀਅנס ਨੂੰ ਤੇ ਉਹਦੇ ਅੰਦਰ ਯੂਥ ਫੈਸਟੀਵਲ ਦੇ ਵਿੱਚ ਆਪਾਂ ਨੈਸ਼ਨਲ ਯੂਥ ਫੈਸਟੀਵਲ ਜਿੱਤਿਆ ਸੀ ਗਰੁੱਪ Song Western ਦੇ ਵਿੱਚ ਤੇ ਜਿਹਦੇ ਨਾਲ ਮੈਨੂੰ ਕਾਫੀ ਐਕਸਪੀਰੀਅੰ ਜਿਹਨੂੰ ਲੈ ਕੇ ਮੈਂ ਵੌਇਸ ਆਫ ਪੰਜਾਬ ਸੀਜ਼ਨ 10 ਚ ਐਂਟਰੀ ਕੀਤੀ ਸੀ ਓਕੇ ਵੌਇਸ ਆਫ ਪੰਜਾਬ 11 ਤੇ ਡਿਊਰਿੰਗ ਜਦੋਂ ਤੁਸੀਂ ਪਰਫਾਰਮ ਕਰਦੇ ਸੀ ਤੁਹਾਨੂੰ ਕਿਸੇ ਤਰ੍ਹਾਂ ਦੇ ਅਵਾਰਡ ਵੀ ਮਿਲੇ ਉੱਥੇ ਹਾਂਜੀ ਬਿਲਕੁਲ ਵਾਇਸ ਆਫ ਪੰਜਾਬ ਸੀਜ਼ਨ 10 ਦੇ ਵਿੱਚ ਵੀ ਇਦਾਂ ਦੇ ਸਿਲਸਿਲੇ ਹੋਏ ਔਰ ਸੀਜ਼ਨ 11 ਦੇ ਵਿੱਚ ਵੀ ਇਦਾਂ ਦੇ ਸਿਲਸਿਲੇ ਹੋਏ ਜਦੋਂ ਜਜੇਸ ਨੂੰ ਮੇਰੀ ਪਰਫਾਰਮੈਂਸ ਇੰਨੀ ਅੱਛੀ ਲੱਗੀ ਕਿ ਉਹ ਖੁਦ ਸਟੇਜ ਤੇ ਆ ਗਏ ਉਹਨਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਸਚਿਨ ਹੁਜਾ ਸਰ ਨੇ ਮੈਨੂੰ ਸੀਜ਼ਨ 10 ਦੇ ਵਿੱਚ ਕੈਸ਼ ਪ੍ਰਾਈਜ਼ ਦਿੱਤਾ ਸਟੇਜ ਦੇ ਉੱਪਰ 500 ਰੁਪਏ ਦਾ ਉਹ ਇਸੇ ਗੀਤ ਤੇ ਸੀ ਜਿਹੜਾ ਮੈਂ ਸ਼ੁਰੂਆਤ ਚ ਸੁਣਾਇਆ ਕਦੇ ਤਾਂ ਤੂੰ ਆਵੇਂਗਾ ਇਹਦੇ ਤੇ ਮੈਨੂੰ ਸਚਿਨ ਸਰ ਨੇ 500 ਰੁਪਏ ਦਾ ਇਨਾਮ ਦਿੱਤਾ ਸੀ ਤੇ ਸੀਜ਼ਨ 11 ਦੇ ਵਿੱਚ ਵੀ ਬਿਲਕੁਲ ਇਦਾਂ ਹੀ ਗ੍ਰੈਂਡ ਫਿਨਾਲੇ ਦੇ ਵਿੱਚ ਮੈਂ ਬੀ ਪ੍ਰਾਕ ਦਾ ਇੱਕ ਗਾਣਾ ਗਾਇਆ ਸੀ ਬੇਵਫਾਈ ਉਹਦੇ ਤੇ ਮੈਨੂੰ ਸਚਨ ਸਰ ਨੇ 500 ਰੁਪਏ ਦਾ ਇਨਾਮ ਦਿੱਤਾ ਸੀ ਜੀ ਜੇ ਤੁਸੀਂ ਉਹ ਗਾਣਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤਾਂ ਜੀ ਬਿਲਕੁਲ ਤੂੰ ਕੈਸੀ ਇਹ ਯਾਂ ਰੇ ਲਾਈ ਮੈਂ ਜੁੰਦਿਆਂ ਜੀ ਨਾ ਮਰ ਪਾਈ प्यार तेरा कैसी उलझन है वफा मिली ना बेवफाई प्यार तेरा कैसी उलझन है वफा मिली ना बेवफाई तू कैसी ये है यारी लाई दूरियाँ तेरिया कैसिया बेजुबान पंछी द जैसियाँ ਦੁਰਹੇ ਨਜ਼ਰਾਂ ਦੇ ਸਾਵੇਂ ਤੇਨਾ ਨਜ਼ਰਾਂ ਮਿਲਾਵੇਂ ਵੇ ਸੱਚੋ ਸੱਚ ਦੱਸ ਤੂੰ ਕੀ ਚਾਹਨਾ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਚੋ ਜਾਣ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਚ ਆਂ ਹਾਈ ਦੱਸ ਦੇ ਐ ਦਮ ਮੈਨੂੰ ਕਿਉਂ ਤੜਪਾਉਣਾ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਚੋ ਜਾਨਣਾ ਨਾ ਤੂੰ ਪੂਰੀ ਤਰ੍ਹਾਂ ਜ਼ਿੰਦਗੀ ਚ ਆਉਣਾ ਹੈ ਦੱਸ ਦੇ ਐਦਾ ਮੈਨੂੰ ਕਿਉਂ ਤੜਪਾਉਣਾ ਜਿੰਨਾ ਸੋਹਣਾ ਤੁਸੀਂ ਗਾਣੇ ਹੋ ਕਿ ਤੁਸੀਂ ਕਿਸੇ ਗੁਰੂ ਤੋਂ ਵੀ ਸਿੱਖਿਆ ਹੈ 뮤జిక్ ਦੇ ਗੁਰੂ ਤੋਂ ਹਜੇ ਤੱਕ ਮੈਂ ਕਿਸੇ ਵੀ ਤਰ੍ਹਾਂ ਦੀ ਸਿੰਗਿੰਗ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਲਈ ਤੀ ਕਿਸੇ ਕੋਲੋਂ ਮੈਂ ਅੱਗੇ ਸੋਚ ਰਿਹਾ ਕਿ ਮੈਂ ਟ੍ਰੇਨਿੰਗ ਲਵਾਂ ਔਰ ਵੱਡੇ ਮੰਚਾਂ ਤੇ ਜਾ ਕੇ ਪਰਫਾਰਮ ਕਰਾਂ ਲੇਕਿਨ ਹੁਣ ਤੱਕ ਮੈਂ ਜੋ ਵੀ ਗਾਂਦਾ ਹਾਂ ਮੈਂ ਆਪਣੀਆਂ ਗਲਤੀਆਂ ਨੂੰ ਸੁਣ ਸੁਣ ਕੇ ਔਰ ਆਸ-ਪਾਸ ਦੇ ਜਿੰਨੇ YouTube ਤੇ ਸੰਗਸ ਵਗੈਰਾ ਪਏ ਨੇ ਉਹਨਾਂ ਨੂੰ ਸੁਣ ਸੁਣ ਕੇ ਹੀ ਸਿੱਖਿਆ ਖੁਦ ਤੋਂ ਸਿੱਖਿਆ ਤੇ ਫਿਊਚਰ ਦੀ ਕੀ ਪਲੈਨਿੰਗ ਹੈ ਤੁਹਾਡੀ ਫਿਊਚਰ ਚ ਮੈਂ ਆਪਣੇ ਆਪ ਨੂੰ ਐਜ਼ ਅ ਪਲੇਬੈਕ ਸਿੰਗਰ ਬਾਲੀਵੁੱਡ ਦੇ ਵਿੱਚ ਦੇਖਣਾ ਚਾਹਾਂਗਾ ਤੇ ਉਹਦੇ ਵਾਸਤੇ ਮੈਂ ਚਾਹਾਂਗਾ ਕਿ ਮੈਂ ਪਹਿਲਾਂ ਕਲਾਸਿਕਲ ਦੀ ਟ੍ਰੇਨਿੰਗ ਲੈ ਲਵਾਂ ਜਿਹਦੇ ਨਾਲ ਮੇਰੇ ਮਨ ਚੋਂ ਕਿਸੇ ਵੀ ਤਰ੍ਹਾਂ ਦਾ ਡਰ ਨਾ ਰਵੇ ਤੇ ਮੈਂ ਖੁੱਲੇ ਦਿਲ ਦੇ ਨਾਲ ਜਾ ਕੇ ਬਾਲੀਵੁੱਡ ਦੇ ਵਿੱਚ ਆਪਣੇ ਕਦਮ ਜਮਾ ਸਕਾਂ ਤੇ ਇਸ ਲਈ ਮੈਂ ਚਾਹਾਂਗਾ ਕਿ ਮੈਂ ਟ੍ਰੇਨਿੰਗ ਲੈ ਕੇ ਬਾਲੀਵੁੱਡ ਦੇ ਵਿੱਚ ਜਾਵਾਂ ਐਜ਼ ਅ ਪਲੇਬੈਕ ਸਿੰਗਰ ਜੀ ਬਿਲਕੁਲ ਅਸੀਂ ਤੁਹਾਨੂੰ ਤੁਹਾਡੇ ਫਿਊਚਰ ਦੇ ਲਈ ਬੈਸਟ ਵਿਸ਼ਸ ਦਿੰਦੇ ਆ ਪੰਜਾਬੀ ਬਿਲਟਨ ਮੀਡੀਆ ਰਾਹੀਂ ਸਾਡੇ ਨਾਲ ਅਭਿਜੀਤ ਭੰਡਾਰੀ ਦੇ ਪਿਤਾ ਜੀ ਨੇ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਅਭਿਜੀਤ ਜੀ ਦੇ ਕੋਈ ਬਚਪਨ ਦੀਆਂ ਯਾਦਾਂ ਤੁਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤਾਂ ਬਚਪਨ ਦੀਆਂ ਕੋਈ ਖਾਸ ਇੰਨੀਆਂ ਯਾਦਾਂ ਤੇ ਨਹੀਂ ਹੈਗੀਆਂ ਕਿਉਂਕਿ ਬਚਪਨ ਦੇ ਵਿੱਚ ਬਸ ਸਿਰਫ ਇੰਨਾ ਕਿ ਜਿਹੜਾ ਤਾਂ 뮤직 ਦਾ ਸ਼ੌਂਕ ਹੈ ਮੈਨੂੰ ਲੱਗਦਾ ਹੈ ਕਿ ਬਚਪਨ ਚ ਜਦੋਂ ਛੋਟਾ ਸੀ 1.5 ਸਾਲ ਦਾ ਤੇ ਜਦੋਂ ਰੋਂਦਾ ਸੀ ਜਾਂ ਚੁੱਪ ਕਰਾਉਣ ਵਾਸਤੇ ਸਪੈਸ਼ਲੀ ਸਵੇਰੇ-ਸਵੇਰੇ ਤੇ ਇਹਦੀ ਮਦਰ ਲਾ ਦਿੰਦੇ ਹੁੰਦੇ ਸੀਗੇ ਚੈਨਲ ਐਮ ਐਚ 1 ਜਿਹੜਾ ਹੈ ਉਹਦੇ ਤੇ ਪੰਜਾਬੀ ਗਾਣੇ ਚੱਲਦੇ ਹੁੰਦੇ ਸੀਗੇ ਇਹਦੇ ਕੰਨਾਂ 'ਚ ਪਾ ਦਿੰਦੇ ਸੀ ਬਸ ਉਸ ਤੋਂ ਬਾਅਦ ਇਹਨੇ ਚੁੱਪ ਕਰ ਜਾਣਾ ਇਨੂੰ ਸੁਆਣਾ ਤਾਂ ਉਹ ਗਾਣੇ ਚੱਲਣੇ ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਸੋ ਜਾਣਾ ਮੈਨੂੰ ਲੱਗਦਾ ਵੀ ਉਹ ਚੀਜ਼ ਹੌਲੀ ਹੌਲੀ ਦੇ ਅੰਦਰ ਗ੍ਰੈਬ ਕਰਦਾ ਗਿਆ ਜੀ ਬਚਪਨ ਤੋਂ ਜਿਹੜਾ ਕਿ ਕਈ ਵਾਰੀ ਮਾਪੇ ਪਾਪ ਨੂੰ ਵੀ ਪਤਾ ਨਹੀਂ ਹੁੰਦਾ ਫਿਰ ਸਕੂਲਿੰਗ ਦੇ ਦੌਰਾਨ ਪਹਿਲੇ 4 ਸਾਲ ਜਿਹੜੇ ਨੇ ਸਕੂਲ 'ਚ ਬਿਤਾਏ ਜਿੱਥੇ ਜੀ ਉੱਥੇ ਦਾਦਾ ਜੀ ਇਹਦੇ ਹੁੰਦੇ ਸੀਗੇ ਤੈ ਇਨਨੇ ਕਲਾਸ ਚ ਜਾਣਾ ਰੈਸਸ ਦੇ ਵਿੱਚ ਕੁਛ ਨਾ ਕੁਛ ਖਾ ਪੀ ਕੇ ਆਪਣਾ ਚੁੱਪ ਕਰਕੇ ਕਲਾਸ ਚ ਆ ਜਾਣਾ ਹੋ ਤਾਂ ਬਾਅਦ ਚ ਪਤਾ ਲੱਗਣਾ ਜਦੋਂ ਬਿੱਲ ਲੈਣ ਵਾਸਤੇ ਅਗਲੇ ਨੇ ਜਾਣਾ ਕਿ ਬਿਲਿੰਗ ਹੋ ਗਈ ਹੈ ਉਸ ਤੋਂ ਬਾਅਦ ਇਹ ਸੇਮ ਕੰਮ ਇਹ ਮੇਰੇ ਸਕੂਲ ਜਦੋਂ ਮੇਰੀ ਨਿਗਰਾਨੀ ਥੱਲੇ ਆਇਆ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਈਂ ਦਾ ਸਕੂਲ ਹਾਂਜੀ ਸਾਈਂ ਦਾ ਸਕੂਲ ਦੇ ਵਿੱਚ ਕਿਉਂਕਿ ਮੈਨੂੰ ਵੀ ਉੱਥੇ 25 ਸਾਲ ਹੋ ਗਏ ਆ ਅੱਛਾ ਜੀ ਤੇ ਇਹ ਆਪਣੀ ਨਿਗਰਾਨੀ ਥੱਲੇ ਰੱਖਿਆ ਵੀ ਚਲੋ ਬਾਹਰ ਇਧਰ ਉਧਰ ਪੜੇਗਾ ਮੈਨੇ ਇਹਨਾ ਚੰਗਾ ਮੇਰੀ ਨਿਗਾਹ ਥੱਲੇ ਰਵੇ ਉੱਥੇ ਵੀ ਇਹਨਾਂ ਨੇ ਉਹੀ ਕੰਮ ਚਾਲੂ ਰੱਖਿਆ ਕੁਝ 1-2 ਸਾਲ ਤਾਂ ਬਾਅਦ ਦੇ ਵਿੱਚ ਹੌਲੀ ਹੌਲੀ ਸਮਝ ਗਿਆ ਸੰਭਲ ਗਿਆ ਕਿਉਂਕਿ ਕੰਟੇਨਰਾਂ ਨੇ ਮੇਕੋ ਆਣਾ ਸਰ ਮੁੰਡੇ ਦਾ ਬੇਲੇ ਇੰਨਾ ਬਣ ਗਿਆ ਹੁਣ ਮੈਂ ਉਹਨੂੰ ਕੁਝ ਕਹਿ ਥੋੜਾ ਸਕਦਾ ਸੀਗਾ ਠੀਕ ਹੈ ਬੈਠਾ ਮੈਂ ਦੇਖ ਵਾਸਤੇ ਫਿਰ ਇਹਨੂੰ ਸਮਝਾਇਆ ਹੌਲੀ ਹੌਲੀ ਕਿ ਇਦਾਂ ਨਹੀਂ ਕਰੀਦਾ ਹੁੰਦਾ ਦੋ ਚਾਰ ਯਾਰ ਦੋਸ ਜਿਹੜੇ ਇਹਦਾ ਗਲਤ ਫਾਇਦਾ ਚੁੱਕਣਗੇ ਤੂੰ ਤੇ ਤੇਰਾ ਨਾਮ ਲੈ ਕੇ ਤੇਰਾ ਤਾਂ ਅਗਲੇ ਨੇ ਰਿਗਾਰਡ ਕਰ ਦੇਣਾ ਲੇਕਿਨ ਦੂਸਰਿਆਂ ਨੂੰ ਨਾ ਵੇਚ ਲਿਆਓ ਉਹ ਫਿਰ ਅਗਲੇ ਨੂੰ ਆਦਤ ਪੈ ਜਾਏਗੀ ਇਦਾਂ ਦੀ ਹੀ ਸ਼ਰਾਰਤਾਂ ਕੋਈ ਖਾਸ ਨਹੀਂ ਹੈਆਂ ਮੀਆਂ ਜੀ ਤੇ ਸਰ ਤੁਸੀਂ ਇਹਨੂੰ ਸਿੰਗਿੰਗ ਲਾਈਨ ਦੇ ਵਿੱਚ ਹੀ ਕਿਉਂ ਪਾਇਆ ਕਿਉਂਕਿ ਬੱਚੇ ਨੂੰ ਮਾਪੇ ਸੋਚਦੇ ਕਿ ਇੰਜੀਨੀਅਰ ਬਨਾਈਏ ਜਾਂ ਡਾਕਟਰ ਬਨਾਈਏ ਵਕੀਲ ਬਨਾਈਏ ਇੰਜੀਨੀਅਰ ਡਾਕਟਰ ਵਕੀਲ ਸਾਰੇ ਬੰਦੇ ਆ ਜੀ ਇੱਕ ਅਲੱਗ ਫੀਲਡ ਜਿਹੜਾ ਕਿ ਮੈਨੂੰ ਵੀ ਨਹੀਂ ਸੀ ਪਤਾ ਜੀ ਮੇਰਾ ਐਸੇ ਟੀਚਰ ਜਿਹੜਾ ਹੈ ਸੋਚਣਾ ਇਹ ਹੈਗਾ ਕਿ ਪਹਿਲਾਂ ਬੱਚੇ ਦਾ ਗੁਣ ਪਹਿਚਾਣੋ ਜੀ ਤੇ ਜੇ ਉਹਦਾ ਪੜਾਈ ਵਾਲੇ ਪਾਸੇ ਹੱਥ ਖੁੱਲਾ ਤੇ ਉਧਰ ਲੈ ਜਾਓ ਤੇ ਜੇ ਉਹਦਾ ਦੂਸਰੇ ਪਾਸੇ ਹੱਥ ਖੁੱਲਾ ਹੈ ਤੇ ਪੜ੍ਹਾਈ ਨੂੰ ਨਾਲ ਪਲਾਨ ਬੀ ਦੇ ਵਿੱਚ ਬੈਕਅਪ ਤੇ ਰੱਖੋ ਜੀ ਕਿਉਂਕਿ ਉਹਦੀ ਜ਼ਰੂਰਤ ਹਰ ਜਗ੍ਹਾ ਤੇ ਪਵੇਗੀ ਲੇਕਿਨ ਉਹਦਾ ਸ਼ੌਂਕ ਨਾ ਮਾਰੋ ਜੇ ਉਹਦਾ ਸ਼ੌਂਕ ਹੈ ਚੱਲ ਰਿਹਾ ਸ਼ਾਇਦ ਕੱਲ ਨੂੰ ਪ੍ਰੋਫੈਸ਼ਨ ਬਣ ਜਾਏ ਬਿਲਕੁਲ ਤਾਂ ਉਹਦੇ ਵਾਸਤੇ ਆਪਾਂ ਪਹਿਲਾਂ ਹੀ ਸੋਚ ਕੇ ਬੈਠ ਜਾਈਏ ਕਿ ਇਸ ਫੀਲਡ 'ਚ ਤਾਂ ਕਮਾਈ ਹੈ ਨਹੀਂ ਇਸ ਫੀਲਡ ਦੇ ਵਿੱਚ ਅੱਗੇ ਤੈਨੂੰ ਮਿਲਣਾ ਕੁਝ ਨਹੀਂ ਇਹ 네ਗੇਟਿਵ ਸੋਚ ਆ चलन तो दो नहीं मिलेगी तो उन्होंने भी एक एक्सपीरियंस मिलेगा और फिर वो शायद खुद ही कहेगा नहीं मैं अपना प्लान बदल दिना इस करके मैं ये चलता रहा म्यूजिक पहचान तो नहीं बट ठीक है जिथे पार्टिसिपेट करना तू कर चाहे कंपटीशन कोई भी हो जीत मिले या हार मिले तू खड़ा हो स्टेज पर पार्टीसपेशन जरूरी है नहीं तो अजक बच्चे जोड़े है ਕਾਲਜ ਜਾ ਕੇ ਆਪਣਾ ਫਾਰਮ ਪਰੰਤੂ ਵੀ ਕਤਰਾਂਦੇ ਆ ਉਹ ਵੀ ਕਿਸੇ ਨਾਲ ਗੱਲ ਕਰਨ ਤੋਂ ਵੀ ਕਤਰਾਂਦੇ ਆ ਕਿ ਸਾਹਮਣੇ ਵਾਲਾ ਸ਼ਾਇਦ ਪਤਾ ਨਹੀਂ ਕੀ ਜਵਾਬ ਦੇਗਾ ਮੈਂ ਉਹ ਕੌਨਫੀਡੈਂਸ ਇਹਦੇ ਅੰਦਰ ਲੈਣਾ ਚਾਹੁੰਦਾ ਸੀ ਬਸ ਉਹ ਲਾਈਨ ਬਦਲੇ ਦੀ ਗਈ ਪ੍ਰੋਫੈਸ਼ਨ ਹੀ ਬਦਲ ਗਿਆ ਇਹਦਾ ਇਹ ਮੇਨ ਮਕਸਦ ਸੀ ਇਹਦਾ ਸਿੰਗਿੰਗ ਦਾ ਜੀ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ ਇਹ ਸੀ ਜੀ ਅਭਿਜੀਤ ਭੰਡਾਰੀ ਦੇ ਪਿਤਾ ਜੀ ਮਾਤਾ ਜੀ ਤੇ ਨਾਲ ਉਹਨਾਂ ਦੇ ਦਾਦੀ ਜੀ ਇਹ ਹਰੇਕ ਤਰ੍ਹਾਂ ਦੀ ਖਬਰ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਬੁਲਟਨ ਦੇ ਨਾਲ ਧੰਨਵਾਦ